ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਦੇ ਉੱਪਰ ਵਿਜੀਲੈਂਸ ਦੇ ਵੱਲੋਂ ਸ਼ਿਕੰਜਾ ਕੱਸ ਦਿੱਤਾ ਗਿਆ ਹੈ ਦੱਸ ਦਈਏ ਕਿ ਹੁਣ ਆਸ਼ੂ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਜਿਹੜੇ ਆ ਉਹ ਵਿਜੀਲੈਂਸ ਦੀ ਰਡਾਰਤੇ ਨੇ ਕੀ ਕੁਝ ਗੱਲਬਾਤ ਹੈ ਉਹ ਵੀ ਤੁਹਾਨੂੰ ਜਿਹੜੀ ਆ ਉਹ ਦੱਸਣ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਡਾਰਤੇ ਹੁਣ ਪੁਰਵ ਮੰਤਰੀ ਜਿਹੜੇ ਵਿਜੇਂਦਰ ਸਿੰਘਲਾ ਆ ਗਏ ਨੇ ਸਿੰਗਲਾ ਪੀਡਬਲਯੂ ਦੇ ਵਿੱਚ ਮੰਤਰੀ ਰਹੇ ਨੇ ਪੀਡਬਲਯੂ ਡੀ ਦੇ ਵਿੱਚ ਤੇ ਸਿੰਗਲਾ ਦੇ ਪੀਡਬਲਯੂ ਡੀ ਦੇ ਵਿੱਚ ਮੰਤਰੀ ਰਹਿੰਦੇ ਹੋਏ ਅਲਰਟ ਹੋਏ 5 ਕਰੋੜ ਤੋਂ ਜ਼ਿਆਦਾ ਕੀਮਤ ਦੇ ਟੈਂਡਰਾਂ ਦੀ ਜਿਹੜੀ ਹੈ ਉਹ ਜਾਂਚ ਸ਼ੁਰੂ ਹੋ ਗਈ ਹੈ ਸੂਤਰਾਂ ਦੇ ਮੁਤਾਬਕ ਵਿਜੀਲੈਂਸ ਨੇ ਇਸ ਬਾਰੇ ਸਿੰਗਲਾ ਦੇ ਕਰੀਬੀ ਰਹੇ ਪੰਜ ਲੋਕਾਂ ਤੋਂ ਪੁੱਛਗਿੱਛ ਦੇ ਲਈ ਬੁਲਾਇਆ ਉਹਨਾਂ ਨੂੰ ਤਾਂ ਵਿਜੀਲੈਂਸ ਨੂੰ ਸ਼ੱਕ ਹੈ ਕਿ ਇਹਨਾਂ ਟੈਂਡਰਾਂ ਦੇ ਵਿੱਚ ਕੋਈ ਗੜਬੜੀ ਜ਼ਰੂਰ ਹੋਈ ਹੈ ਦੱਸ ਦਈਏ ਕਿ ਇਸ ਬਾਰੇ ਹਾਲੇ ਵਿਜੀਲੈਂਸ ਬਿਊਰੋ ਜਾਂ ਮੰਤਰੀ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੇ ਕੋਈ ਵੀ ਜੜੀ ਆ ਉਹ ਪ੍ਰਤੀਕਿਰਿਆ ਨਹੀਂ ਦਿੱਤੀ ਐ ਪਰ ਇਹ ਵੀ ਦੱਸ ਦਈਏ ਕਿ ਸੂਤਰਾਂ ਦੇ ਮੁਤਾਬਕ ਇਸ ਬਾਰੇ ਚ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਚ ਕਿਹਾ ਗਿਆ ਸੀ ਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 5 ਕਰੋੜ ਦੇ ਜਿਹੜੇ 5 ਕਰੋੜ ਤੋਂ ਜ਼ਿਆਦਾ ਦੇ ਟੈਂਡਰ ਨੇ ਉਹਨਾਂ ਦੇ ਵਿੱਚ ਗੜਬੜੀਆਂ ਨੇ ਇਸ ਦੇ ਮਾਮਲੇ ਦੇ ਵਿੱਚ ਕਾਂਗਰਸ ਜਿਵੇਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਾਂਗਰਸ ਸਰਕਾਰ ਦੇ ਵਕਤ ਹੀ ਵਾਇਰਲ ਹੋਏ ਕੁਝ ਮੈਸੇਜ ਵੀ ਵਿਜੀਲੈਂਸ ਤੱਕ ਪਹੁੰਚ ਚੁੱਕੇ ਨੇ ਯਾਨੀ ਕਿ ਇਹਦੇ ਵਿੱਚ ਜਿਹੜੇ ਕੁਝ ਕਾਂਗਰਸ ਸਰਕਾਰ ਦੇ ਮੌਕੇ ਜਿਹੜੇ ਕੁਝ ਮੈਸੇਜ ਵਾਇਰਲ ਹੋਏ ਸੀ ਉਹ ਵੀ ਜਿਹੜੇ ਆ ਉਹ ਸਬੂਤ ਦੇ ਤੌਰ ਤੇ ਵਿਜੀਲੈਂਸ ਦੇ ਕੋਲੇ ਪਹੁੰਚ ਚੁੱਕੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਵਿਜੀਲੈਂਸ ਨੂੰ ਗੜਬੜੀ ਦਾ ਸ਼ੱਕ ਹੋ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਕੰਟਰੈਕਟ ਨੂੰ ਦਰਕਨਾਰ ਕਰਕੇ ਕੁਝ ਖਾਸ ਲੋਕਾਂ ਨੂੰ ਇਹ ਕੰਮ ਜਿਹੜੇ అలਰਟ ਕੀਤੇ ਗਏ ਜਿਸ ਤੋਂ ਬਾਅਦ ਸੰਗਰੂਰ ਦੇ ਡੀਐਸਪੀ ਲੈਵਲ ਦੇ ਅਫਸਰਾਂ ਨੂੰ ਇਸ ਦੀ ਜਿਹੜੀ ਆ ਜਾਂਚ ਸੌਂਪੀ ਗਈ ਆ ਇਸ ਮਾਮਲੇ 'ਚ ਵਿਜੀਲੈਂਸ ਨੇ ਹੁਣ ਕੁਝ ਅਫਸਰਾਂ ਨੂੰ ਸੰਮਣ ਭੇਜ ਕੇ ਜਿਹੜਾ ਉਹ ਤਲਬ ਕੀਤਾ ਹੈ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਨੂੰ ਜਿਹੜਾ ਹੁਣ ਵਿਜੀਲੈਂਸ ਨੇ ਰਡਾਰ ਤੇ ਲੈ ਲਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ 5 ਕਰੋੜ ਦੇ ਜਿਹੜੇ ਟੈਂਡਰ ਕੋਟਾਲਾ ਹੋਇਆ ਉਹਦੇ ਵਿੱਚ ਸ਼ੱਕ ਜਤਾਇਆ ਜਾ ਰਿਹਾ ਕਿ ਕੁਝ ਖਾਸ ਬੰਦਿਆਂ ਨੂੰ ਜਿਹੜੇ ਇਹ ਟੈਂਡਰ ਜਿਹੜੇ ਆ ਉਹ ਦਿੱਤੇ ਗਏ ਆ ਤੇ ਉਹ ਜਿਹੜੇ ਟੈਂਡਰ ਮੰਤਰੀ ਵਿਜੇਂਦਰ ਸਿੰਘਲਾ ਦੇ ਕਰੀਬੀਆਂ ਨੂੰ ਜਿਹੜੇ ਉਹ ਦਿੱਤੇ ਗਏ ਤੇ 5 ਕਰੋੜ ਦੀ ਗੜਬੜੀ ਹੋਣ ਦੀ ਅਸ਼ੰਕਾ ਜਿਹੜੀ ਵਿੱਚ ਇਹਦੇ ਵਿੱਚ ਜਤਾਈ ਜਾ ਰਹੀ ਹੈ ਤਾਂ ਉਥੇ ਦੱਸ ਦਈਏ ਕਿ ਪੰਜਾਬ ਦੇ ਦੋ ਸਾਫਕਾ ਮੰਤਰੀ ਸਾਧੂ ਸਿੰਘ ਧਰਮਸੋਹ ਤੇ ਭਾਰਤਪੂਸ਼ਣਾ ਆਸ਼ੂ ਕਰਪਸ਼ਨ ਦੇ ਕੇਸ 'ਚ ਹੀ ਜੇਲ੍ਹ ਦੇ ਵਿੱਚ ਨੇ ਤੇ ਉਥੇ ਹੀ ਸੰਗਤ ਸਿੰਘ ਗਿਲਜੀਆ ਜਮਾਨਤ ਤੇ ਚੱਲਦੇ ਰਹੇ ਨੇ ਇਸ ਤੋਂ ਇਲਾਵਾ ਸਾਬਕਾ ਮੰਤਰੀ ਹਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਵੀ ਕਹਿੰਦੇ ਸ਼ਿਕਾਇਤ ਪਹੁੰਚੀ ਆ ਉੱਥੇ ਹੀ ਕਰੀਬ 150 ਜਿਹੜੇ ਕਰੋੜ ਦੀ ਕੁਝ ਖੇਤੀਬਾੜੀ ਮਸ਼ੀਨਰੀ ਘਟਾਲੇ ਦੇ ਵਿੱਚ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੀ ਆ ਉਹ ਸਰਕਾਰ ਦੇ ਰਡਾਰ ਤੇ ਨੇ ਉੱਥੇ ਦੱਸ ਦਈਏ ਕਿ ਬੱਸਾਂ ਤੇ ਬੋਡੀ ਦੇ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜੰਗ ਗ੍ਰਾਂਟ ਵਟਵਾਰੇ ਦੇ ਮਾਮਲੇ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਜਾਂਚ ਦੇ ਘੇਰੇ 'ਚ ਚੱਲ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਦੇ ਨਾਲ ਜੁੜੀ ਹੋਈ ਕਿ ਆਸ਼ੂ ਤੋਂ ਬਾਅਦ ਹੁਣ ਮੰਤਰੀ ਵਿਜੇਂਦਰ ਸਿੰਘਲਾ ਦੇ ਨਾਲ ਨਾਲ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੀ ਜਿਹੜੇ ਕੁਝ ਲੀਡਰ ਨੇ ਉਹ ਰਡਾਰ ਤੇ ਚੱਲ ਰਹੇ ਨੇ ਵਿਜੀਲੈਂਸ ਦੀ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਵਿਜੇ ਵਿਜੇਂਦਰ ਸਿੰਘਲਾ ਦੇ ਉੱਪਰ ਜਿਹੜਾ ਵਿਜੀਲੈਂਸ ਦੇ ਵੱਲੋਂ ਸ਼ਿਕੰਜਾ ਜਿਹੜਾ ਉਹ ਕੱਸ ਦਿੱਤਾ ਗਿਆ ਤੇ ਨਾਲ ਹੀ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਪੰਜ ਕਰੀਬੀ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਸੱਦ ਲਿਆ ਵਿਜੀਲੈਂਸ ਨੇ ਅਫਸਰਾਂ ਨੂੰ ਜਿਹੜੇ ਸੰਮਣ ਭੇਜ ਕੇ ਕਿ ਜਾਂਚ ਦੇ ਵਿੱਚ ਜਿਹੜੀ ਉਹ ਪੁੱਛਗਿੱਛ ਕੀਤੀ ਜਾਣੀ ਹੈ ਹੁਣ ਮੰਤਰੀ ਨੂੰ ਕਦੋਂ ਸੱਦਾ ਜਾਂਦਾ ਇਹ ਤਾਂ ਹਲੇ ਜਿਹੜਾ ਉਹ ਸਸਪੈਂਸ ਬਰਕਰਾਰ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਮੰਤਰੀ ਵਿਜੇ ਇੰਦਰ ਸਿੰਘਲਾ ਨੂੰ ਜਿਹੜਾ ਹੈਗਾ ਉਹ ਵਿਜੀਲੈਂਸ ਨੇ ਰਡਾਰ ਤੇ ਲੈ ਲਿਆ ਇਸ ਤੋਂ ਪਹਿਲਾਂ ਇਹ ਵੀ ਫਿਰ ਤੋਂ ਦੱਸ ਦਿੰਨੇ ਆ ਕਿ ਕਾਂਗਰਸ ਦੇ ਸਾਬਕਾ ਤੋਂ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹ ਜਿਹੜੇ ਆ ਉਹ ਪਹਿਲਾਂ ਹੀ ਕਰਪਸ਼ਨ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਜਾ ਚੁੱਕੇ ਨੇ ਸੰਗਤ ਸਿੰਘ ਗਿਲਜੀਆ ਜਿਹੜੇ ਨੇ ਉਹ ਜਿਹੜੇ ਹੈਗੇ ਆ ਜਿਹੜੇ ਚੱਲ ਰਹੇ ਨੇ ਜ਼ਮਾਨਤ ਦੇ ਉੱਪਰ ਔਰ ਕੈਪਟਨ ਅਮਰਿੰਦਰ ਸਿੰਘ ਚੰਜੀਤ ਸਿੰਘ ਚੰਨੀ ਰਾਜਾ ਵਿੜਿੰਗ ਦੇ ਉੱਪਰ ਵੀ ਜਿਹੜੀ ਵਿਜੀਰੈਂਸ ਦੀ ਜਿਹੜੀ ਉਹ ਨਜ਼ਰ ਬਣੀ ਹੋਈ ਹੈ ਤੇ ਨਾਲ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਉੱਪਰ ਵੀ ਦੱਸਿਆ ਜਾ ਰਿਹਾ ਕਿ ਸ਼ਿਕਾਇਤ ਕਿਸੇ ਦੇ ਵੱਲੋਂ ਕੀਤੀ ਗਈ ਹੈ ਤੇ ਹੁਣ ਵਿਜੇ ਇੰਦਰ ਸਿੰਘਲਾ ਵੀ ਰੜਾਤੇ ਨੇ ਵਿਜੀਰੈਂਸ ਦੇ ਕਰੀਬੀਆਂ ਨੂੰ ਪੁੱਛਗਿੱਛ ਦੇ ਲਈ ਜਿਹੜਾ ਉਹ ਬੁਲਾਇਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਨੂੰ ਵੱਡਾ ਝਟਕਾ ਲੱਗਦਾ ਹੋਇਆ ਸਾਹਮਣੇ ਆ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਲਗਾਤਾਰ ਮੰਤਰੀ ਰਹੇ ਵਿਜੇ ਇੰਦਰ ਸਿੰਘਲਾ ਹੁਣ ਰਡਾਰ ਤੇ ਨੇ ਇੱਕ ਵਾਰ ਫਿਰ ਤੋਂ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਕਿ ਪੀ ਡਬਲਯੂ ਡੀ ਦੇ ਵਿੱਚ ਜਿਹੜੇ ਜਿਹੜੇ ਸਿੰਘਲਾ ਉਹ ਮੰਤਰੀ ਸੀਗੇ ਤੇ ਪਤਾ ਵਿਜੀਲੈਂਸ ਨੂੰ ਇਹ ਲੱਗਿਆ ਸ਼ਿਕਾਇਤ ਮਿਲੀ ਹੈ ਵਿਜੀਲੈਂਸ ਨੂੰ ਕਿ ਭਾਈ ਜਿਹੜੇ ਟੈਂਡਰ ਵੰਡੇ ਗਏ ਸੀ ਉਹ ਜਿਹੜੇ ਟੈਂਡਰ ਆ ਉਹਨਾਂ ਦੇ ਵਿੱਚ 5 ਕਰੋੜ ਤੱਕ ਦੇ ਕਪੜੇ ਜਿਹੜੇ ਆ ਕਹਿੰਦੇ ਉਹ ਸਾਹਮਣੇ ਆਏ ਨੇ ਤੇ ਦੱਸਿਆ ਜਾ ਰਿਹਾ ਕਿ ਕੁਝ ਖਾਸ ਲੋਕਾਂ ਨੂੰ ਹੀ ਜਿਹੜੇ ਆ ਇਹ ਟੈਂਡਰ ਦਿੱਤੇ ਗਏ ਸੀ ਤੇ ਜਿਹੜੇ ਖਾਸ ਬੰਦੇ ਐ ਉਹ ਵਿਜੇਂਦਰ ਸਿੰਘਲਾ ਦੇ ਹੀ ਜਿਹੜੇ ਆ ਉਹ ਕਰੀਬੀ ਦੱਸੇ ਜਾ ਰਹੇ ਨੇ ਜਿਹਦੇ ਕਰਕੇ ਵਿਜੇਂਦਰ ਸਿੰਘਲਾ ਦੇ ਉੱਪਰ ਜਿਹੜਾ ਹੈਗਾ ਉਹ ਸਕੰਜਾ ਉਹ ਕੱਸਿਆ ਜਾ ਰਿਹਾ ਲਗਾਤਾਰ ਤਾਂ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਚਰਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਵਿਜੇਂਦਰ ਸਿੰਘਲਾ ਦੀ ਮੁਸ਼ਕਲਤਾਂ ਵੱਧ ਚੁੱਕੀਆਂ ਨੇ ਤੇ ਹੁਣ ਸਰਕਾਰ ਜਿਹੜੀ ਹੈ ਵਿਜੀਲੈਂਸ ਜਿਹੜੀ ਹੈ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਬਕਾ ਮੰਤਰੀ ਨੂੰ ਜਿਹੜੀ ਆ ਉਹ ਰਡਾਰ ਤੇ ਲੈਂਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਤੁਸੀਂ ਮੇਰੇ ਤੋਂ ਮੈਨੂੰ ਇਜਾਜ਼ਤ ਧੰਨਵਾਦ